ਭਵਾਨੀਗੜ੍ਹ ਦੇ ਜਾਮਾ ਮਸਜਿਦ ਵਿਖੇ ਇਲਾਕਾ ਨਿਵਾਸੀ ਮੁਸਲਿਮ ਭਰਾਵਾਂ ਵੱਲੋਂ ਈਦ ਉਲ ਅਜ਼ਹਾ ਦੀ ਨਮਾਜ਼ ਬੜੇ ਉਤਸ਼ਾਹ ਨਾਲ ਅਦਾ ਕੀਤੀ ਗਈ। ਇਸ ਮੌਕੇ ਨਮਾਜ਼ ਤੋਂ ਬਾਅਦ ਆਪਣੀ ਤਕਰੀਰ ਵਿੱਚ ਮੌਲਾਨਾ ਮੁਹੰਮਦ ਅਸ਼ਰਦ ਨੇ ਆਖਿਆ ਕਿ ਸਾਨੂੰ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਨਾ ਚਾਹੀਦਾ ਹੈ। ਤੁਸੀਂ ਜੋ ਆਪਣੇ ਲਈ ਪਸੰਦ ਕਰਦੇ ਹੋ ਉਹ ਆਪਣੇ ਭਾਈਆਂ ਲਈ ਵੀ ਪਸੰਦ ਕਰੋ। ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇੱਕ ਦੂਸਰੇ ਦੇ ਧਰਮਾਂ ਦਾ ਸਤਿਕਾਰ ਕਰੀਏ, ਆਪਸੀ ਭਾਈਚਾਰਕ ਸਾਂਝ ਨੂੰ ਬਣਾਈ ਰੱਖੀਏ। ਇਸ ਮੌਕੇ ਲੋਕ ਭਲਾਈ ਮੁਸਲਿਮ ਸੁਸਾਇਟੀ ਦੇ ਪ੍ਰਧਾਨ ਮਿੱਠੂ ਖਾਨ ਨੇ ਇਲਾਕਾ ਨਿਵਾਸੀਆਂ ਨੂੰ ਈਦ ਦੀ ਵਧਾਈ ਦਿੱਤੀ ਅਤੇ ਇੱਥੇ ਪਹੁੰਚਣ ਤੇ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾਕਟਰ MS ਖਾਨ, ਬਿੱਟੂ ਖਾਨ, ਹਾਜੀ ਦਰਸ਼ਨ ਖਾਨ, ਬਹਾਦਰ ਖਾਨ, ਮੇਲਾ ਖਾਨ, ਮਹਿੰਗਾ ਖਾਨ ਅਤੇ ਇਕਬਾਲ ਖਾਨ ਬਾਲੀ ਅਤੇ ਆਲੇ ਦੁਆਲੇ ਦੇ ਪਿੰਡਾਂ ਦਾ ਸਮੂਹ ਮੁਸਲਿਮ ਭਾਈਚਾਰਾ ਹਾਜ਼ਰ ਰਿਹਾ। ਆਜ਼ਾਦ TV ਨਿਊਜ਼ ਦੇ ਲਈ ਭਵਾਨੀਗੜ੍ਹ ਤੋਂ ਇਕਬਾਲ ਬਾਲੀ ਦੀ ਰਿਪੋਰਟ। ਵਾਸੀਆਂ ਨੂੰ ਇਹ ਦੇਸ਼ ਦੇਣਾ ਚਾਹੁੰਦਾ ਜੀ, ਸਾਰੇ ਭਾਈਚਾਰੇ, ਹਿੰਦੂ ਭਾਈਚਾਰਾ, ਸਿੱਖ ਭਾਈਚਾਰਾ, ਇਹਨਾਂ ਨੂੰ ਕੋਈ ਵੀ ਤਿਉਹਾਰ ਹੋਵੇ ਸਾਰਿਆਂ ਨੂੰ ਰਲ ਕੇ ਮਿਲਾਉਣਾ ਚਾਹੀਦਾ। ਮੇਰੇ ਵੱਲੋਂ ਇਹੀ ਕਾਮਨਾ। ਅੱਲਾਹ ਤਾਲਾ ਨੇ ਅੱਜ ਹਮੇ ਇਹ ਦਿਨ ਦਿਖਾਇਆ, ਮੁਬਾਰਕ ਦਿਨ, ਈਦ ਉਲ ਅਜ਼ਹਾ ਜਿਸ ਕੇ ਅੰਦਰ ਕੁਰਬਾਨੀ ਕੀ ਜਾਤੀ ਹੈ, ਤੋ ਇਸ ਮੁਬਾਰਕ ਦਿਨ ਪਰ ਹਮ ਪੂਰੇ ਮੁਲਕ ਕੋ ਇਹ ਪੈਗਾਮ ਦੇਣਾ ਚਾਹਤੇ ਹੈ ਕਿ ਹਰ ਅਮਲ ਕੇ ਅੰਦਰ ਵੋ ਇਨਸਾਫ ਕੋ ਕਾਇਮ ਕਰੇ, ਤਾਂ ਕਿ ਹਰ ਇੱਕ ਉਸਕਾ ਹੱਕ ਪਹੁੰਚ ਕੇ ਰਹੇ, ਚਾਹੇ ਮੁਸਲਮਾਨ ਹੋ, ਹਿੰਦੂ ਹੋ, ਸਿੱਖ ਹੋ, ਈਸਾਈ ਹੋ, ਹਰ ਇੱਕ ਕੋ, ਤਾਂ ਕਿ ਇਤਿਹਾਦ ਇਤਫਾਕ ਇਸ ਮੁਲਕ ਅੰਦਰ ਕਾਇਮ ਔਰ ਦਾਇਮ ਰਹੇ। ਅੱਲਾਹ ਤਾਲਾ ਅਮਲ ਕਰਨੇ ਕੀ ਤੋਫੀਕ।